ਗੱਡੀ 'ਚ ਦੋ ਜਣੇ ਬੈਠੇ ਸੀਗੇ, ਉਹਨਾਂ 'ਚੋਂ ਇੱਕ ਜਣੇ ਦੇ ਤਿੰਨ ਗੋਲੀਆਂ ਵੱਜੀਆਂ ਅਤੇ ਤਿੰਨ ਉਹਨੂੰ ਫਾਇਰ ਕੀਤੇ ਅਤੇ ਉਹ ਬੰਦਾ ਫਿਰ ਬਾਅਦ 'ਚ ਰੈਫਰ ਹੋ ਗਿਆ ਅਤੇ ਬਾਅਦ ਦੇ ਵਿੱਚ ਉਹਦੀ ਡੈਥ ਹੋ ਗਈ। ਅਤੇ ਇਮੀਜੀਏਟਲੀ ਐਫ ਆਈ ਰਜਿਸਟਰ ਕਰਤੀ ਸੀ। ਇਟ ਵਾਜ਼ ਅ ਟੋਟਲੀ ਟੋਟਲ ਬਲਾਈਂਡ ਕੇਸ, ਕੋਈ ਇਹਦੇ ਵਿੱਚ ਸਾਡੇ ਕੋਲ ਕਲੂ ਬਹੁਤ ਜ਼ਿਆਦਾ ਨਹੀਂ ਸੀਗਾ। ਹੌਲੀ ਹੌਲੀ ਫਿਰ ਅਸੀਂ ਇਹਨੂੰ ਟਰੇਸ ਕਰਦੇ ਹੋਏ ਅਤੇ ਸਾਡੀ ਟੀਮ ਜਿਹੜੀ ਸੀਗੀ ਇਹ ਮਤਲਬ ਹੁਸ਼ਿਆਰਪੁਰ ਤੱਕ ਅਸੀਂ ਇਹਨੂੰ ਟਰੇਸ ਕੀਤਾ ਤਾਂ ਟਰੇਸ ਕਰਕੇ ਫਿਰ ਅਸੀਂ ਜਿਹੜੇ ਤਿੰਨ ਬੰਦੇ ਦੇ ਵਿੱਚ ਇਨਵੋਲਵ ਸੀਗੇ ਉਹ ਆਈਡੈਂਟੀਫਾਈ ਕੀਤੇ। ਉਹ ਤਿੰਨੇ ਆਈਡੈਂਟੀਫਾਈ ਹੋ ਗਏ, ਉਹ ਤਿੰਨੇ ਬੰਦੇ ਅਰੈਸਟ ਕਰ ਲਏ ਗਏ ਆ। ਜਿਹੜਾ ਵੈਪਨ ਸੀਗਾ ਯੂਜ਼ ਹੋਇਆ ਸੀ ਮਰਡਰ ਦੇ ਵਿੱਚ ਉਹ ਵੀ ਰਿਕਵਰ ਕਰ ਲਿਆ ਗਿਆ। ਜਿਹੜੀ ਕਾਰ ਪੋਲੋ ਸੀ ਵਾਈਟ ਕਲਰ ਦੀ, ਸੀ ਸੀ ਟੀ ਵੀ ਤੋਂ ਸਾਰਿਆਂ ਨੇ ਦੇਖੀ ਵੀ ਹੋਏਗੀ, ਉਹ ਕਾਰ ਜਿਹੜੀ ਯੂਜ਼ ਹੋਈ ਸੀ ਉਹ ਵੀ ਰਿਕਵਰ ਕਰ ਲਈ ਗਈ। ਤਾਂ ਇਹ 'ਚ ਹੁਣ ਜਿਹੜਾ ਮੋਟਿਵ ਸਭ ਨੇ ਆਇਆ ਹੈ ਉਹ 'ਚ ਜਿਹੜਾ ਡਿਸੀਜ਼ਡ ਹੈ, ਜਿਹੜਾ ਵਿਕਟਿਮ ਹੈ ਮਰਨ ਵਾਲਾ, ਉਹਦੀ ਸਿਸਟਰ ਹੈ ਜੋ ਕਿ ਬਾਹਰ ਇਟਲੀ ਦੇ ਵਿੱਚ ਰਹਿੰਦੇ ਹੈ ਅਤੇ ਉਹਨਾਂ ਦਾ ਅੱਗੇ ਮੈਟਰੀਮੋਨਲ ਡਿਸਪਿਊਟ ਹੈ। ਉਹ ਜਿਹਦੇ ਨਾਲ ਮੈਟਰੀਮੋਨਲ ਡਿਸਪਿਊਟ, ਉਹ ਤਿੰਨ ਭਰਾ ਹੈ, ਤਿੰਨੋਂ ਉੱਥੇ ਇਟਲੀ ਦੇ ਵਿੱਚ ਹੀ ਰਹਿੰਦੇ ਹੈ ਅਤੇ ਦੋ ਉੱਥੇ ਇਟਲੀ ਦੇ ਵਿੱਚ ਐੱਫ ਆਈ ਆਰ ਵੀ ਰਜਿਸਟਰ ਇਹਨਾਂ ਦੇ ਜਿਹੜੇ ਵਿਕਟਿਮ ਦੇ ਸਿਸਟਰ ਉਹਨਾਂ ਨੇ ਕਰਾਈ ਹੋਈ ਹੈ ਉਹਦੇ ਆਪਣੇ ਹਸਬੈਂਡ 'ਤੇ ਅਤੇ ਉਹਦੀ ਫੈਮਿਲੀ 'ਤੇ। ਉਹਨਾਂ 'ਚੋਂ ਜਿਹੜੇ ਤਿੰਨ ਭਰਾਵਾਂ 'ਚੋਂ ਇੱਕ ਭਰਾ ਰਿਟਾਇਰਡ ਮਤਲਬ ਫੌਜੀ ਹੈ, ਐਕਸ ਆਰਮੀ ਹੈ, ਉਹਦਾ ਇੱਕ ਦੋਸਤ ਹੈ ਜਿਹੜਾ ਮੇਨ ਐਕਿਊਜ਼ਡ ਹੈ, ਉਹ ਵੀ ਐਕਸ ਆਰਮੀ ਹੈ, 2011 ਦੇ ਵਿੱਚ ਫੌਜ 'ਚੋਂ ਰਿਟਾਇਰ ਹੋ ਕੇ ਆਇਆ ਸੀਗਾ। ਜਿਹੜਾ ਇੱਕ ਮੇਨ ਐਕਿਊਜ਼ ਜਿਹੜਾ ਹੈਗਾ ਨਾਮ ਕੀ ਹੋਣਾ, ਰਣਜੀਤ ਸਿੰਘ ਜਿਹੜਾ ਹੈਗਾ ਉਹ ਵੀ ਉੱਥੋਂ ਰਿਟਾਇਰ ਹੋ ਕੇ ਆਇਆ ਸੀਗਾ ਫੌਜ ਤੋਂ, ਅਤੇ ਉਹਦਾ ਸਗਾ ਭਰਾ ਜਿਹੜਾ ਹੈਗਾ ਉਹ ਵੀ ਇਹਨਾਂ ਦੇ ਕੋਲ ਇਟਲੀ ਦੇ ਵਿੱਚ ਰਹਿੰਦਾ। ਤਾਂ ਇਹਨੇ ਬੇਸਿਕਲੀ ਆਪਣੀ ਉੱਥੋਂ ਵਾਈਫ ਤੋਂ ਤੰਗ ਆ ਕੇ, ਜਿਹੜੇ ਉਹਦਾ ਹਸਬੈਂਡ ਸੀ ਪਲੱਸ ਉਹਦੇ ਦੋ ਬ੍ਰਦਰ ਸੀਗੇ, ਉਹਨਾਂ ਨੇ ਪਲੈਨਿੰਗ ਕੀਤੀ। ਜੋ ਐਜ਼ ਪਰ ਸਾਡੀ ਇਨਵੈਸਟੀਗੇਸ਼ਨ ਹੈ ਇਹ ਕਰੀਬ 3-4 ਮਹੀਨੇ ਤੋਂ ਇਹ ਪਲੈਨਿੰਗ ਚੱਲ ਰਹੀ ਸੀ ਇਹਨਾਂ ਦੀ। ਪਲੈਨਿੰਗ ਕਰਨ ਤੋਂ ਬਾਅਦ ਇਨਫੈਕਟ ਇੱਕ ਭਰਾ ਜਿਹੜਾ ਸੀਗਾ ਡਿਊਰਿੰਗ ਮਰਡਰ ਇੱਥੇ ਸੀਗਾ, ਉਦੋਂ ਬਾਅਦ ਮਰਡਰ ਤੋਂ 1 ਜਾਂ 2 ਦਿਨ ਬਾਅਦ ਉਹਨੇ ਫਲਾਈਟ ਲਈ ਹੈ ਅਤੇ ਉਦੋਂ ਬਾਅਦ ਵਾਪਸ ਚਲਾ ਗਿਆ। ਤਾਂ ਇਹ ਇਹਦੇ ਵਿੱਚ ਮੋਟਿਵ ਹੈ ਨਾ। ਅਦਰ ਵਨ ਜੋ ਫੌਜੀ ਬ੍ਰਦਰ ਨਹੀਂ ਥਾ, ਇੱਕ ਜੋ ਥਰਡ ਬੰਦਾ ਥਾ, ਜੋ ਹਸਬੈਂਡ ਵੀ ਨਹੀਂ ਥਾ ਔਰ ਫੌਜੀ ਵੀ ਨਹੀਂ ਥਾ, ਉਹ ਯਹਾਂ ਪੇ ਥਾ। ਹਾਂਜੀ, ਜਿਹੜਾ ਇਹਨਾਂ ਦੇ ਵਿੱਚੋਂ ਇੱਕ ਬੰਦਾ ਹੈਗਾ ਜਿਹੜਾ ਸੈਕਿੰਡ ਅਕਿਊਜ਼ ਹੈਗਾ, ਉਹਦੇ ਉੱਤੇ 392 ਦੇ ਵੀ ਪਰਚੇ ਹੈਗੇ ਆ, ਮਤਲਬ ਉਹਦੇ ਲੁੱਟ ਖੋਹ ਦੇ, ਬਰਗਲਰੀ ਦੇ, ਲੜਾਈ ਝਗੜੇ ਦੇ, ਹਰ ਟਾਈਪ ਦੇ ਪਰਚੇ। ਕਿੰਨੇ ਐਫ ਆਈ ਆਰ? ਦੋ ਐਫ ਆਈ ਆਰ ਸਹੀ ਆ। ਮਨਜੀਤ ਬਿੱਲਾ, ਜਿਹੜਾ ਮਨਜੀਤ ਸਿੰਘ ਇਸ ਬਿੱਲਾ ਇਹਦੇ ਨਹੀਂ ਸੀਗਾ, ਪਰ ਪਲੈਨਿੰਗ ਦੇ ਵਿੱਚ ਉਹਦੀ 100% ਇਨਵੋਲਵਮੈਂਟ ਹੈ। ਇਨਫੈਕਟ ਤਿੰਨੋਂ ਬ੍ਰਦਰਸ ਜਿਹੜੇ ਹੈਗੇ ਹੈ ਉਹ ਪਲੈਨਿੰਗ ਦੇ ਵਿੱਚ ਇਨਵੋਲਵਡ ਹੈ ਇਹਦੇ ਵਿੱਚ, ਤਾਂ ਉਹ ਤਿੰਨਾਂ ਦੇ ਨੂੰ ਅਸੀਂ ਐਜ਼ ਅਕਿਊਜ਼ ਰੱਖਿਆ ਹੋਇਆ ਉਹਦੇ ਵਿੱਚ। ਨਹੀਂ, ਹਜੇ ਤੱਕ ਪੈਸੇ ਦਾ ਨਹੀਂ, ਕਿਉਂਕਿ ਇਹਨਾਂ ਦੇ ਪਰਸਨਲ ਰਿਲੇਸ਼ਨਸ਼ਿਪ ਸੀਗੇ, ਤਾਂ ਤੁਸੀਂ ਇਹਨੂੰ ਕੰਟਰੈਕਟ ਕਿਲਿੰਗ ਪ੍ਰੋਪਰਲੀ ਨਹੀਂ ਕਹਿ ਸਕਦੇ ਆਪਾਂ ਇਹਨੂੰ। ਤਾਂ ਪਰ ਇਹ ਹੈ ਕਿ ਪੈਸਿਆਂ ਦਾ ਕੋਈ ਲੈਣ ਦੇਣ ਹਜੇ ਤੱਕ ਸਾਹਮਣੇ ਨਹੀਂ ਆਇਆ। ਜਿਹੜਾ ਜਿਹੜਾ ਮਾਰਨ ਵਾਲਾ ਹੈ, ਕਿਉਂਕਿ ਉਹਨਾਂ ਦਾ ਬ੍ਰਦਰ ਜਿਹੜਾ ਹੈਗਾ ਇਹਨਾਂ ਬ੍ਰਦਰਸ ਦੇ ਕੋਲ ਰਹਿੰਦਾ। ਇਹ ਇਲੀਗਲ ਨਹੀਂ ਹੈ, ਇਲੀਗਲ ਵੈਪਨ ਹੈ, ਉਹਦਾ ਲਾਇਸੈਂਸਡ ਵੈਪਨ ਹੈ, ਜਿਹੜਾ ਐਕਸ ਆਰਮੀ ਜਿਹੜਾ ਬੰਦਾ ਹੈਗਾ, ਫੌਜੀ ਜਿਹੜਾ। ਉਹ ਇਹਨਾਂ ਦੇ ਜੀਜਾ ਹੀ ਸੀਗੇ, ਉਹ ਹੋਰ ਹੈ, ਮਤਲਬ ਮੋਰ ਦੈਨ ਵਨ ਸਿਸਟਰਸ। ਸਰ, ਇਹ ਵੀ ਗੱਲ ਸਾਹਮਣੇ ਆਈ ਕਿ ਉਹਨਾਂ ਨੇ ਬੜੇ ਤਰੀਕੇ ਨਾਲ ਟਰੈਕਰ ਜੀਪੀਐਸ ਜਿਹੜਾ ਹੈ ਉਹ ਗੱਡੀ 'ਚ ਲਾਇਆ, ਫਿਰ ਉਤਾਰ ਵੀ ਦਿੱਤਾ। ਤਾਂ ਇਹ 'ਚ ਟਰੈਕਰ ਤੁਸੀਂ ਦੱਸਿਆ ਇਹਨੂੰ ਇਹਦਾ ਹੈਗਾ ਇਹ ਮੇਰੀ ਤੁਹਾਡੇ ਤੁਹਾਨੂੰ ਰਿਕੁਐਸਟ ਹੈ ਕਿ ਆਪਾਂ ਆਈਡੀਆਜ਼ ਨਾ ਦੇਈਏ ਕ੍ਰਿਮੀਨਲਸ ਨੂੰ ਅਤੇ ਇਹਨੂੰ ਅਵੋਇਡ ਕਰੀਏ। ਫਿਰ ਪਤਾ ਲੱਗਿਆ ਕਿ ਆਈਡੀਆ ਕਿੱਥੋਂ ਲਿੱਤਾ, ਪਰ ਇਹ ਟਰੈਕਰ ਦੇ ਨਾਲ ਇਹਨਾਂ ਨੇ ਗੱਡੀ ਨੂੰ ਟਰੈਕ ਕੀਤਾ ਇਹਦੇ ਵਿੱਚ। ਉੱਥੇ ਵੀ ਕੋਸ਼ਿਸ਼, ਇੱਥੇ ਉਹਨਾਂ ਨੇ ਜਦੋਂ ਅੰਬਾਲੇ ਗਿਆ ਹੈ ਬੰਦਾ ਇਹ, ਤਾਂ ਉੱਥੇ ਅੰਬਾਲੇ ਹੱਥ ਦੇਖ ਕੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਹੈ ਲਿਫਟ ਦੇ ਬਹਾਨੇ, ਕਿ ਸਾਡੀ ਜਿਵੇਂ ਬਹਾਨੇ ਸਿਰ ਕੇ ਗੱਡੀ ਖਰਾਬ ਹੋ ਗਈ ਹੈ ਉਸ ਹਿਸਾਬ ਕਰਕੇ, ਪਰ ਇਹ ਰੁਕੇ ਨਹੀਂ, ਇਹ ਫਿਰ ਰੁਕੇ, ਫਿਰ ਉਹਨਾਂ ਦਾ ਪਿੱਛਾ ਕਰਦੇ ਹੋਏ ਫਿਰ ਇੱਥੇ ਤੱਕ ਪਹੁੰਚ ਗਏ। ਜਿਹੜੀ ਗੱਡੀ ਹੈ ਜੀ ਪੋਲੋ, ਇਹ ਇਹਨਾਂ ਦੀ ਹੈ ਜਾਂ ਕੀ ਦੀ ਹੈ? ਜਿਹੜਾ ਥਰਡ ਅਕਿਊਜ਼ਡ ਹੈ ਉਹਦੀ ਆਪਦੀ ਗੱਡੀ ਹੈ, ਜਿਹੜਾ ਉਹਦੇ ਤੇ ਫੇਕ ਤਾਂ ਲੱਗਾ ਹੈ, ਨੰਬਰ ਉਹਦੇ ਫੇਕ ਲੱਗਾ ਹੈ। ਨਵੀਨ ਕੁਮਾਰ ਦੀ ਗੱਡੀ। ਅਸਲ ਵਿੱਚ ਅੰਬਾਲਾ ਜਬ ਵੀ ਇਨਕੇ ਪਾਸ ਗਏ ਥੇ ਉਸੇ ਦਿਨ ਕੀ ਵਾਰਦਾਤ ਸੀ? ਉਹ ਵੀ ਸੇਮ ਡੇ ਕੀ ਵਾਰਦਾਤ ਹੈ, ਮਤਲਬ ਅੰਬਾਲਾ ਸੇ ਪੀਛਾ ਕਰਤੇ ਹੋਏ ਆਏ ਹੈ ਯਹਾਂ ਪੇ। ਸਰ, ਇਹਨਾਂ ਨੇ ਰੈਕੀ ਕਿੰਨੇ ਦਿਨ ਪਹਿਲਾਂ ਕੀਤੀ ਸੀ, ਰੈਕੀ ਵਗੈਰਾ? ਇਹ ਰੈਕੀ ਇਹਨਾਂ ਦੀ ਪਲੈਨਿੰਗ ਤਿੰਨ ਚਾਰ ਮਹੀਨੇ ਪਹਿਲਾਂ ਸਟਾਰਟ ਹੋ ਗਈ ਸੀਗੀ, ਰੈਕੀ ਕਰੀਬ 10 ਦਿਨ ਪਹਿਲਾਂ ਇਹਨਾਂ ਨੇ ਪਹਿਲਾਂ ਵੀ ਕੀਤੀ ਹੈ ਰੈਕੀ, ਜਦੋਂ ਇਹ ਬਾਹਰੋਂ ਬੰਦਾ ਆਇਆ ਉਦੋਂ ਬਾਅਦ ਰੈਕੀ ਵਗੈਰਾ ਕੀਤੀ ਹੈ ਇਹਨਾਂ ਨੇ। ਉਹ ਵੀ ਟ੍ਰਾਂਸਲੇਸ਼ਨ
ਉਹ ਮੇਨਲੀ ਡੋਮੈਸਟਿਕ ਵਾਇਲੈਂਸ ਜਿਹੜੇ ਹੈਗੇ ਉਹਦੇ ਰਿਲੇਟਡ ਰਿਲੇਟਡ ਐਫ ਆਈ ਆਰਸ ਹੈਗੀਆਂ। ਇਹ ਸਾਨੂੰ ਅਸੀਂ ਟੈਕਨੀਕਲ ਜਿਹੜੇ ਸਾਡੇ ਚੀਜ਼ਾਂ ਹੈਗੀਆਂ ਉਹਨਾਂ ਦੀ ਹੈਲਪ ਲਿੱਤੀ, ਕਾਲ ਡਿਟੇਲਸ, ਟਾਵਰ ਡਾਮ, ਸੀ ਸੀ ਟੀ ਵੀਜ਼, ਸਾਰਿਆਂ ਦੀ ਹੈਲਪ ਲਿੱਤੀ। ਫਿਰ ਉਦੋਂ ਬਾਅਦ ਜਦੋਂ ਅਸੀਂ ਵਿੱਚੋਂ ਵਿੱਚੋਂ ਸਾਡੇ ਹਿਊਮਨ ਸੋਰਸਿਸ ਜਿਹੜੇ ਹੈਗੇ ਹੈ ਉਹ ਵੀ ਵਿੱਚੋਂ ਕੰਮ ਕੀਤੇ, ਤਾਂ ਹੁਣ ਬਹੁਤ ਜ਼ਿਆਦਾ ਡਿਟੇਲ 'ਚ ਮੋਡਾ ਸਮਰੰਡੀ ਪੁਲਿਸ ਦੀ ਮੈਂ ਨਹੀਂ ਦੱਸਣਾ ਚਾਹੂੰਗਾ, ਪਰ ਇਹ ਹੈ ਕਿ ਸਾਡੀ ਟੀਮ ਨੇ ਦਿਨ ਰਾਤ ਇਹਦੇ ਵਿੱਚ ਮਿਹਨਤ ਕੀਤੀ ਹੈ ਅਤੇ ਉਦੋਂ ਬਾਅਦ ਜਾ ਕੇ ਟਰੇਸ ਹੋਇਆ ਹੈ। ਇਹਦਾ ਅਰੈਸਟ ਕੀਤੇ ਮੁਕੇਰੀਆਂ ਦੇ ਵਿੱਚੋਂ ਅਰੈਸਟ ਹੋਇਆ। ਕਿਹੜਾ ਪਿੰਡ ਹੈ ਸਰ? ਮੁਕੇਰੀਆਂ ਦਾ ਪਿੰਡ ਹੈ, ਤਲਵਾੜਾ ਰੋਡ, ਤਲਵਾੜਾ ਰੋਡ ਮੁਕੇਰੀਆਂ ਤੋਂ ਅਰੈਸਟ ਕੀਤੇ ਗਏ ਤਿੰਨੋਂ ਇਕੱਠੇ। ਹਾਂਜੀ ਸਰ, ਹਜੇ ਤੱਕ ਕੋਈ ਹੋਰ ਇਨਵੋਲਵਮੈਂਟ ਸਾਹਮਣੇ ਆ ਰਹੀ ਕਿਉਂਕਿ ਸੱਤ ਤੱਕ ਲੈ ਕੇ ਅੱਜ ਦੀ ਆਪਾਂ ਗੱਲ ਕਰੀਏ, ਕਿੰਨੇ ਦਿਨ ਇਹ ਕਿੱਥੇ ਰਹੇ, ਕਿਹਨਾਂ ਨੇ ਲੋਜਿਸਟਿਕ? ਇਹ ਹਿੱਦੇ ਬਿਲੋਂਗ ਟੂ ਮੁਕੇਰੀਆਂ, ਉਧਰਲੇ ਪਾਸੇ ਇਹਨਾਂ ਦਾ ਘਰ ਉੱਥੇ ਹੀ ਹੈ, ਉੱਥੋਂ ਦੇ ਰਹਿਣ ਵਾਲੇ ਆ। ਇਨਫੈਕਟ ਇਹ ਸਾਰੀ ਫੈਮਿਲੀਜ਼ ਜਿਹੜੀ ਹੈਗੀ ਹੈ ਸਾਰੀਆਂ ਉਸ ਏਰੀਆ ਦੇ ਅਤੇ ਰਹਿਣ ਵਾਲੇ ਆ, ਵਿਕਟਿਮ ਵੀ ਉਸ ਏਰੀਆ ਦੇ ਹੈ ਅਤੇ ਜਿਹੜੇ ਅਕਿਊਜ਼ਡ ਉਹ ਵੀ ਉਸ ਏਰੀਆ ਦੇ। ਸਰ ਜਿਹੜੀ ਉਹਦੇ ਤੁਸੀਂ ਐਫ ਆਈ ਆਰ ਦੀ ਗੱਲ ਕਰ ਰਹੇ ਹੋ ਪਲੀਜ਼, ਉੱਥੇ ਕਿੰਨੀ ਐਫ ਆਈ ਆਰ? ਦੋ ਕੇਸਿਸ ਰਜਿਸਟਰਡ ਹੈ, ਦੋ ਕੇਸਿਸ ਰਜਿਸਟਰਡ ਹੈ। ਸਰ ਜਿਹੜਾ ਫੌਜੀ ਦਾ ਮੇਨਲੀ ਡੋਮੈਸਟਿਕ ਵਾਇਲੈਂਸ ਦੇ ਰਿਗਾਰਡਿੰਗ ਹੀ ਹੈ, ਮਤਲਬ ਅਦਰ ਸੈਕਸ਼ਨ ਵੀ ਲੱਗੇ ਹੋਣਗੇ ਉਹਦੇ ਵਿੱਚ। ਇਨਫੈਕਟ ਵਿਕਟਿਮ ਕੀ ਫੈਮਿਲੀ ਕੀ ਤਰਫ ਸੇ, ਮਤਲਬ ਆਈ ਵਿਲ ਨੋਟ ਗੈਟ ਇਨ ਟੂ ਦ ਡਿਟੇਲਸ, ਹਮੇ ਪੂਰਾ ਕੋਆਪਰੇਸ਼ਨ ਮਿਲਾ ਇਸ ਕੇਸ ਮੇ ਵੀ। ਸਮ ਹਾਓ ਵੋ ਇਸ ਐਂਗਲ ਕੋ ਮਿਸ ਕਰ ਗਏ, ਸਮ ਹਾਓ ਵੋ ਇਸ ਐਂਗਲ ਪੇ ਸੋਚਾ ਨਹੀਂ ਥਾ ਕਿਸੀ ਨੇ ਕਿ ਇਸ ਤਰੀਕੇ ਸੇ ਵੀ ਕੋਈ ਕਰਾ ਸਕਤਾ ਹੈ, ਤੋ ਲੇਕਿਨ ਇਹ ਹੈ ਕਿ ਜਬ ਹਮਾਰਾ ਟਰੇਸ ਹੋ ਗਿਆ ਤੋ ਨਾਉ ਦੇ ਆਰ ਆਲਸੋ ਕਿ ਹਾਂ ਯਾਰ ਕਿ ਬਿਲਕੁਲ ਇਹ 100% ਹੋਗਾ। ਇਨਫੈਕਟ ਜੋ ਐਂਗਲ ਪੇ ਹਮ ਚੱਲ ਰਹੇ ਥੇ ਵੋ ਐਂਗਲ ਨਹੀਂ ਨਿਕਲਾ ਹੈ, ਜੋ ਹਮੇ ਮਤਲਬ ਵਿਕਟਿਮ ਕੀ ਫੈਮਿਲੀ ਸੇ ਪੁੱਛਤਾਛ ਮੇ ਜੋ ਬਣਾ ਦਿਸ਼ਾ ਜਿਹੜੀ ਸਿਸਟਰ ਹੈ ਇਟਲੀ 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 ਹਾਂਜੀ ਜਿਹੜਾ ਸੈਕਿੰਡ ਮੈਟਰ ਹੈ ਉਹਦੇ ਵਿੱਚ ਜ਼ੀਰਕਪੁਰ ਦਾ ਮੈਟਰ ਹੈ। ਜ਼ੀਰਕਪੁਰ ਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਆਈ ਕਿ ਇੱਕ ਬਿਜ਼ਨਸਮੈਨ ਨੂੰ ਥਰੈਟ ਕਾਲ ਆਈ ਸੀਗੀ, ਮੈਂ ਨਾਮ ਨਹੀਂ ਲੈ ਰਿਹਾ ਬਿਜ਼ਨਸਮੈਨ ਦਾ, ਤੁਹਾਡੇ ਕੋਲ ਵੈਸੇ ਪ੍ਰੈਸ ਨੋਟਸ ਦੇ ਵਿੱਚ ਹੈਗੇ, ਤਾਂ ਇਹ 'ਚ ਇੱਕ ਬਿਜ਼ਨਸਮੈਨ ਨੂੰ ਥਰੈਟ ਕਾਲ ਆਈ ਸੀਗੀ ਅਤੇ ਉਹ ਬੰਦਾ ਪੋਜ਼ ਕਰ ਰਿਹਾ ਸੀਗਾ ਲੋਰੈਂਸ ਗੈਂਗ ਦੇ ਮੈਂਬਰ ਦੇ ਤੌਰ 'ਤੇ, ਅਤੇ ਸਾਡੀ ਟੀਮ ਜਿਹੜੀ ਸੀਗੀ ਇੰਨੀ ਇਮੀਡੀਏਟਲੀ ਇਨਵੈਸਟੀਗੇਸ਼ਨ ਦੇ ਵਿੱਚ ਲੱਗ ਗਏ ਅਤੇ ਉਹਨੂੰ ਟਰੇਸ ਕਰਦੇ ਹੋਏ ਅਸੀਂ ਇੱਕ ਕਰਨ ਕੁਮਾਰ ਸਨ ਆਫ ਅਨਿਲ ਕੁਮਾਰ ਇੱਥੇ ਪਿੰਡ ਭੰਕਰਪੁਰ ਭੰਕਾਰਪੁਰ ਡੇਰਾ ਬੱਸੀ ਤੋਂ ਇਹ ਬੰਦਾ ਸੀਗਾ ਟਰੇਸ ਕੀਤਾ ਗਿਆ ਅਤੇ ਇਹਨੂੰ ਅਰੈਸਟ ਕੀਤਾ ਗਿਆ। ਅਤੇ ਇਹ ਮਤਲਬ ਫੇਕ ਜਿਹੜਾ ਹੈਗੀ ਕਾਲਸ ਦੇ ਵਿੱਚ ਦੀ ਲੜੀ ਦੇ ਵਿੱਚ ਇਹ ਇੱਕ ਹੋਰ ਕੇਸ ਜਿਹੜਾ ਸਾਹਮਣੇ ਆਇਆ ਹੈ ਕਿ ਜਿਹੜਾ ਬੰਦਾ ਫੇਕ ਤੌਰ 'ਤੇ ਐਜ਼ ਗੈਂਗਸਟਰਸ ਪੋਜ਼ ਕਰਕੇ ਕਿਸੇ ਬਿਜ਼ਨਸਮੈਨ ਜਾਂ ਕਿਸੇ ਇਨਫਲੂਐਂਸ਼ੀਅਲ ਬੰਦੇ ਨੂੰ ਥਰੈਟਨ ਕਰਕੇ ਉਹ ਤੋਂ ਐਕਸਟੋਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਂਜੀ ਇਹ 'ਚ ਬਲਕਿ ਤੁਸੀਂ ਬੜਾ ਵਧੀਆ ਇਹ ਇੱਕ ਸਵਾਲ ਪੁੱਛਿਆ, ਤਾਂ ਜਿਹੜੇ ਵੀ ਕਾਲਸ ਆ ਰਹੀਆਂ ਮੈਂ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਅਪੀਲ ਕਰਨਾ ਚਾਹੂੰਗਾ, ਤੁਸੀਂ ਇਮੀਡੀਏਟਲੀ ਪੁਲਿਸ ਕੋਲ ਅਪਰੋਚ ਕਰੋ। ਇਹ 'ਚ ਕਾਫੀ ਪਰਸੈਂਟੇਜ ਜਿਹੜੀ ਕਾਲਸ ਦੀ ਹੈਗੀ ਉਹ ਫੇਕ ਕਾਲਸ ਦੀ ਹੈ, ਜਿਵੇਂ ਕਿ ਆਹ ਕੇਸ ਹੈ ਸਪੈਸੀਫਿਕਲੀ, ਤਾਂ ਤੁਸੀਂ ਇਮੀਡੀਏਟਲੀ ਆਪਣਾ ਲੋਕਲ ਪੁਲਿਸ ਨੂੰ ਸਾਡੇ ਕੋਲ ਅਪਰੋਚ ਕਰੋ ਇਸ ਚੀਜ਼ ਦੇ ਬਾਰੇ, ਸਾਨੂੰ ਇਹਦੇ ਬਾਰੇ ਦੱਸੋ। ਸਾਡੇ ਕੋਲ ਆਪਣੇ ਟੈਕਨੀਕਲ ਮੀਨਸ ਹੈਗੇ ਆ, ਸਾਡੇ ਆਪਣੇ ਰਿਸੋਰਸਿਸ ਹੈ, ਅਸੀਂ ਪੂਰੀ ਪੂਰੀ ਕੋਸ਼ਿਸ਼ ਕਰਦੇ ਹਾਂ ਤੈਨੂੰ ਟਰੇਸ ਕਰਨ ਦੀ, ਤੈਨੂੰ ਟਰੇਸ ਕਰਕੇ ਇਮੀਡੀਏਟਲੀ ਜਿਹੜੀ ਉਹ ਚੀਜ਼ ਅਸੀਂ ਕਲੀਅਰ ਕਰਦੇ ਹਾਂ। ਤਾਂ ਉਸੇ ਦੇ ਪੈਟਰਨ ਦੇ ਹਿਸਾਬ ਨਾਲ ਜਿੱਥੇ ਅਸੀਂ ਸਿਕਿਉਰਟੀ ਦੀ ਜ਼ਰੂਰਤ ਹੁੰਦੀ ਹੈ ਅਸੀਂ ਸਿਕਿਉਰ ਵੀ ਕਰਦੇ ਹਾਂ ਕੰਸਰਨ ਬੰਦੇ ਨੂੰ, ਕਈ ਵਾਰੀ ਫੇਕ ਕਾਲਸ ਹੁੰਦੇ ਤਾਂ ਕੰਸਰਨ ਬੰਦੇ ਟਰੇਸ ਵੀ ਹੁੰਦੇ ਆ ਇਮੀਡੀਏਟਲੀ। ਪੰਜਾਬ ਪੁਲਿਸ ਨੇ ਜਿਵੇਂ ਕਿ ਤੁਸੀਂ ਕਿਹਾ ਬਹੁਤ ਸਾਰੇ ਕੇਸਿਸ ਇਹੋ ਜਿਹੇ ਫੇਕ ਕਾਲਸ ਦੇ ਪਹਿਲਾਂ ਵੀ ਟਰੇਸ ਕੀਤੇ ਆ, ਅਤੇ ਇਹ ਵੀ ਉਹਦੀ ਲਗਾਤਾਰਤਾ ਦੇ ਵਿੱਚ ਇੱਕ ਕੇਸ ਹੈ। ਇਹਦਾ ਲਿੰਕ ਹਜੇ ਤੱਕ ਕੋਈ ਵੀ ਨਹੀਂ ਹੈ, ਅਤੇ ਇਹਦਾ ਪ੍ਰੋਫੈਸ਼ਨ ਜਿਹੜਾ ਹੈ ਉਹ ਮੈਂ ਇੱਕ ਵਾਰੀ ਚੈੱਕ ਕਰਕੇ ਤੁਹਾਨੂੰ ਦੱਸ ਦੂੰਗਾ ਐਗਜੈਕਟ ਕੀ ਇਹਦਾ ਕੰਮ ਹੈ, ਬਟ ਇਹਦਾ ਕੋਈ ਲਿੰਕ ਸਾਹਮਣੇ ਨਹੀਂ ਆਇਆ। ਡਿਟੇਲਸ ਤੁਹਾਨੂੰ ਮੈਂ ਫਿਰ ਸੈਪਰੇਟਲੀ ਸ਼ੇਅਰ ਕਰ ਦੂੰਗਾ ਜੀ। ਨਹੀਂ ਇਹ ਅਕੇਲਾ ਹੀ ਥਾ, ਅਭੀ ਤੱਕ ਤੋਂ ਇਹ ਅਕੇਲਾ ਹੀ ਥਾ। ਇਹ ਤਾਂ ਲੋਕਲ ਹੀ ਹੈ ਜੀ ਬੰਦਾ, ਇਹਦਾ ਡੇਰਾ ਬੱਸੀ ਦਾ। ਨਹੀਂ ਇਹ 'ਚ ਮਲਟੀਪਲ ਮੈਕਨਿਜ਼ਮਸ ਹੈਗੇ ਹੈ, ਉਹ ਨੰਬਰ ਤਾਂ ਕਿਤੋਂ ਨਾ ਕਿਤੋਂ ਮਿਲ ਹੀ ਜਾਂਦਾ। ਜਿਵੇਂ ਸਾਡੇ ਕੋਲ ਅਸੀਂ ਇੱਕ ਰੋਪੜ 'ਚ ਕੇਸ ਟਰੇਸ ਕੀਤਾ ਸੀਗਾ, ਉਹ 'ਚ ਦੁਕਾਨ ਜਿਵੇਂ ਸ਼ੋਪ ਹੁੰਦੀ ਹੈ, ਸ਼ੋਪ ਦੇ ਬਾਹਰ ਬੰਦੇ ਨੇ ਮੋਬਾਈਲ ਨੰਬਰ ਲਿਖੇ ਹੁੰਦੇ ਆ, ਉਹ ਬੰਦਾ ਉੱਥੇ ਹੀ ਪੜ੍ਹ ਕੇ ਲੈ ਗਿਆ ਅਤੇ ਉੱਥੇ ਫੋਨ ਕਰਨਾ ਸ਼ੁਰੂ ਕਰਤਾ ਉਹਨੇ। ਤਾਂ ਮਤਲਬ ਇਹ ਤਾਂ ਮਲਟੀਪਲ ਜਗ੍ਹਾ ਤੋਂ ਨੰਬਰ ਲੈ ਲੈਂਦੇ ਆ, ਥੋੜ੍ਹਾ ਜਿਹਾ ਬੈਕਗਰਾਊਂਡ ਵਗੈਰਾ ਉਹਨੂੰ ਸਟੱਡੀ ਕਰਕੇ ਬੰਦਾ ਬੈਕਗਰਾਊਂਡ ਲੈ ਲੈਂਦਾ ਸਟਾਰਟਸ ਕਾਲਿੰਗ। ਤਾਂ ਬਸ ਮੇਰੀ ਤੁਹਾਨੂੰ ਇਹੀ ਹੈ ਕਿਉਂਕਿ ਬਹੁਤ ਸਾਰੇ ਪਰਸੈਂਟੇਜ ਫੇਕ ਕਾਲਸ ਦੇ ਹੈਗੇ,
ਤਾਂ ਤੁਸੀਂ ਇਮੀਡੀਏਟਲੀ ਪੁਲਿਸ ਨੂੰ ਅਪਰੋਚ ਕਰੋ ਤਾਂ ਕਿ ਜਿਹੜੇ ਫੇਕ ਕਾਲ ਕਰਨ ਵਾਲੇ ਬੰਦੇ ਹੈਗੇ ਆ ਐਟਲੀਸਟ ਇਹਨਾਂ ਨੂੰ ਇਮੀਡੀਏਟਲੀ ਅਸੀਂ ਫੜ ਕੇ ਮਤਲਬ ਇਹਨਾਂ ਦੇ ਖਿਲਾਫ ਐਕਸ਼ਨ ਲਈਏ। ਨਹੀਂ ਸਾਡੇ ਵੱਲੋਂ ਰੈਗੂਲਰਲੀ ਇਹ 'ਚ ਜਿਵੇਂ ਕਿ ਮਾਨਯੋਗ ਡੀ ਜੀ ਸਾਹਿਬ ਨੇ ਮਾਨਯੋਗ ਸੀ ਐਮ ਸਾਹਿਬ ਨੇ ਸਾਨੂੰ ਇਹਦੇ ਵਿੱਚ ਗਾਈਡਲਾਈਨਸ ਦਿੱਤੀਆਂ ਹੋਈਆਂ ਤਾਂ ਉਹਦੇ ਰਿਗਾਰਡਿੰਗ ਜੇ ਇਹੋ ਜਿਹੀ ਕੋਈ ਵੀ ਡਿਸਪਲੇ ਔਫ ਵੈਪਨ ਹੁੰਦਾ ਤਾਂ ਇਮੀਡੀਏਟਲੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਬਲਕਿ ਜੇ ਤੁਹਾਡੇ ਧਿਆਨ 'ਚ ਕੋਈ ਵੀ ਇਹੋ ਜਿਹਾ ਵੈਪਨ ਆਉਂਦਾ ਸਟਾਰਟਿੰਗ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਮਹੀਨਾ ਡੇਢ ਪਹਿਲਾਂ ਮਹੀਨਾ ਪਹਿਲਾਂ ਜੋ ਆਪਾਂ ਮੁਹਿੰਮ ਸਟਾਰਟ ਕੀਤੀ ਸੀਗੀ ਤਾਂ ਉਦੋਂ ਅਸੀਂ ਕਾਫੀ ਐਫ ਆਈ ਆਰਸ ਸਾਰੇ ਪੰਜਾਬ 'ਚ ਹੀ ਹੋਈਆਂ ਸੀ, ਅਸੀਂ ਵੀ ਕਾਫੀ ਐਫ ਆਈ ਆਰਸ ਦਿੱਤੀਆਂ ਸੀਗੀਆਂ ਅਤੇ ਉਦੋਂ ਬਾਅਦ ਇਹਨੂੰ ਕਾਫੀ ਠੱਲ ਪਈ ਸੀ। ਇਨਫੈਕਟ ਉਦੋਂ ਬਾਅਦ ਸਾਨੂੰ ਕੋਈ ਮੇਜਰ ਕੰਪਲੇਂਟਸ ਆਉਣੀਆਂ ਬੰਦ ਹੀ ਹੋ ਗਈਆਂ ਸੀ ਇਨਫੈਕਟ। ਤਾਂ ਹੁਣ ਵੀ ਜੇ ਤੁਹਾਡੇ ਧਿਆਨ 'ਚ ਕੋਈ ਸੋਸ਼ਲ ਮੀਡੀਆ 'ਤੇ ਇਹੋ ਜਿਹਾ ਡਿਸਪਲੇ ਔਫ ਵੈਪਨ ਆਉਂਦਾ ਤਾਂ ਇਮੀਡੀਏਟਲੀ ਉਹਦੇ ਖਿਲਾਫ ਐਕਸ਼ਨ ਲਿਆ ਜਾਏਗਾ। ਨਹੀਂ ਇਹਦੇ ਵਿੱਚ ਇਹੀ ਹੈ ਜੀ, ਸਾਡੇ ਵੱਲੋਂ ਜਿਵੇਂ ਕਿ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਹੈ ਕਿ ਜਿਹੜਾ ਵੀ ਅਰਬਨ ਏਰੀਆ ਹੁੰਦਾ, ਕੰਜੈਸਟਿਡ ਏਰੀਆ ਹੁੰਦਾ, ਉਹ ਇੱਕ ਕਾਇੰਡ ਆਫ ਅਨੋਨਿਮਿਟੀ ਜਿਹੜੀ ਆ ਪ੍ਰੋਵਾਈਡ ਕਰਦਾ ਬੰਦੇ ਨੂੰ। ਇਸੇ ਕਰਕੇ ਇੱਥੇ ਨੰਬਰਸ ਜਿਹੜੇ ਹੈਗੇ ਆ, ਜੇ ਮੋਹਾਲੀ ਜੀ ਆਪਾਂ ਡਿਸਟ੍ਰਿਕਟ ਦੀ ਸਪੈਸੀਫਿਕਲੀ ਗੱਲ ਕੀਤੀ ਤਾਂ ਇੱਥੇ ਇਸ ਟਾਈਪ ਦੇ ਬੰਦਿਆਂ ਦੇ ਨੰਬਰ ਜ਼ਿਆਦਾ ਮਿਲਦੇ ਆ। ਪਰ ਇਹ ਹੈ ਕਿ ਸਾਡੀ ਰੈਗੂਲਰਲੀ ਜਿਵੇਂ ਕਿ ਪਹਿਲਾਂ ਵੀ ਅਸੀਂ ਟੈਲੈਂਟ ਵੈਰੀਫਿਕੇਸ਼ਨ ਦੀ ਮੁਹਿੰਮ ਜਿਹੜੀ ਹੈ ਉਹ ਪਹਿਲਾਂ ਤੋਂ ਚਲਾਈ ਹੋਈ ਹੈ, ਹੁਣ ਕਾਫੀ ਹੱਦ ਤੱਕ ਟੈਲੈਂਟ ਵੈਰੀਫਿਕੇਸ਼ਨ ਹੋ ਵੀ ਗਈਆਂ। ਪਹਿਲਾਂ ਜਿਵੇਂ ਸੀਗੀਆਂ ਸੁਸਾਇਟੀਜ਼ ਦੇ ਵਿੱਚ ਸੀਗੀਆਂ, ਪਰ ਪਿੰਡਾਂ ਦੇ ਵਿੱਚ ਜਿਹੜੇ ਕੰਜੈਸਟਿਡ ਵਿਲੇਜਸ ਹੈਗੀਆਂ ਉੱਥੇ ਪੀਜੀਜ਼ ਹੈਗੇ ਉੱਥੇ ਘੱਟ ਸੀ, ਹੁਣ ਉੱਥੇ ਵੀ ਕਾਫੀ ਵੈਰੀਫਿਕੇਸ਼ਨ ਹੋਣੀਆਂ ਸ਼ੁਰੂ ਹੋ ਗਈਆਂ, ਇਨਫੈਕਟ ਕਾਫੀ ਹੱਦ ਤੱਕ ਹੋ ਗਈਆਂ। ਸਿਮਿਲਰਲੀ ਹੋਟੇਲਸ ਦੇ ਵਿੱਚ ਜਿਹੜੇ ਹੈਗੇ ਆ ਉਹਦੇ ਵਿੱਚ ਵੀ ਸਾਡੇ ਜਿਹੜੇ ਰੈਗੂਲਰ ਓਪਰੇਸ਼ਨ ਜਿਹੜੇ ਉਹ ਚੱਲ ਰਹੇ ਆ ਅਤੇ ਉਹ 'ਚ ਵੀ ਰੈਗੂਲਰ ਚੈਕਿੰਗਸ ਵੀ ਹੁੰਦੀਆਂ ਸਾਡੀਆਂ। ਇਨਫੈਕਟ ਅਸੀਂ ਇਨਕਰੇਜ ਵੀ ਕਰਦੇ ਹਾਂ ਸਾਰੇ ਹੋਟਲ ਓਨਰਸ ਨੂੰ ਅਤੇ ਜਾਂ ਫਿਰ ਉਹਨਾਂ ਦੀ ਸਿਕਿਉਰਿਟੀ ਨੂੰ ਕਿ ਤੁਹਾਨੂੰ ਕੋਈ ਵੀ ਸ਼ੱਕੀ ਬੰਦਾ ਦਿਖਦਾ ਤਾਂ ਸਾਨੂੰ ਇਮੀਡੀਏਟਲੀ ਜਿਹੜਾ ਹੈਗਾ ਉਹਦੇ ਵਿੱਚ ਇਨਫੋਰਮ ਕਰੋ ਤਾਂ ਕਿ ਅਸੀਂ ਉਹਦੀ ਵੈਰੀਫਿਕੇਸ਼ਨ ਕਰ ਸਕੀਏ ਜੇ ਕੋਈ ਮਾੜਾ ਬੰਦਾ ਉਹਦੇ ਖਿਲਾਫ ਕਰ ਸਕੇ।